ਇੱਕ ਪਾਸੇ ਤਾਂ ਜਿੱਥੇ ਫਗਵਾੜਾ ਪੁਲਿਸ ਵੱਲੋਂ ਸ਼ਹਿਰ ਅੰਦਰ ਵੱਧ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਉੱਪਰ ਨਕੇਲ ਕਸਣ ਲਈ ਚੱਪੇ ਚੱਪੇ 'ਤੇ ਚੈਕਿੰਗ ਅਭਿਆਨ ਆਰੰਭਿਆ ਗਿਆ ਹੈ, ਉੱਥੇ ਹੀ ਪੁਲਿਸ ਦੇ ਇਹਨਾਂ ਸੁਰੱਖਿਆ ਪ੍ਰਬੰਧਾਂ ਦੀ ਬੇਖੌਫ ਲੁਟੇਰੇ ਸ਼ਰੇਆਮੀ ਧੱਜੀਆਂ ਉਡਾ ਰਹੇ ਨੇ। ਲੁੱਟਖੋਹ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਮੁੱਖ GT ਰੋਡ 'ਤੇ ਸਥਿਤ ਨੀਟਾ ਚਿਕਨ ਕਾਰਨਰ ਨਜ਼ਦੀਕ, ਜਿੱਥੇ ਕਿ ਮੋਟਰਸਾਈਕਲ ਸਵਾਰ ਦੋ ਲੁਟੇਰੇ ਇੱਕ ਮਹਿਲਾ ਦੇ ਗਲ ਵਿੱਚ ਪਈ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਇਸ ਸੰਬੰਧੀ ਗੱਲਬਾਤ ਕਰਦਿਆਂ ਪੀੜਤ ਮਹਿਲਾ ਸ਼ਾਲਨੀ ਅਤੇ ਉਸ ਦੇ ਪਤੀ ਸੁਧੀਰ ਕੁਮਾਰ ਵਾਸੀ ਪਲਾਹੀ ਰੋਡ ਫਗਵਾੜਾ ਨੇ ਦੱਸਿਆ ਕਿ ਉਹ ਜਦੋਂ ਐਕਟਿਵਾ 'ਤੇ ਕਿਸੇ ਕੰਮ ਲਈ ਇੱਧਰ ਆਏ ਸਨ ਅਤੇ ਉਸਦੀ ਪਤਨੀ ਜਦੋਂ ਕੈਪੀਟਲ ਬੈਂਕ ਜਾਣ ਲੱਗੀ ਤਾਂ ਰੈੱਡ ਕਲਰ ਦੇ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰੇ ਗਲ ਵਿੱਚ ਪਈ ਸੋਨੇ ਦੀ ਚੇਨ ਲੈ ਕੇ ਫਰਾਰ ਹੋ ਗਏ, ਜਿਸ ਨਾਲ ਉਸਦਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਜਿਸ ਬਾਰੇ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬਾਹਰੋਂ ਮੈਂ ਨਿਕਲ ਰਹੀ ਸੀ, ਚੇਨ ਪਿੱਛੋਂ ਦੋ ਲੜਕੇ ਜਾਂ ਜੋ ਵੀ ਸੀਗੇ ਬਾਈਕ 'ਤੇ ਇੱਕਦਮ ਆਏ, ਮੇਰੇ ਵੱਲ ਹੱਥ ਕੀਤਾ। ਮੈਨੂੰ ਲੱਗਾ ਕਿ ਮੇਰੀ ਚੁੰਨੀ ਗਿਰ ਰਹੀ ਹੈ ਨੀਚੇ, ਕਿ ਸ਼ਾਇਦ ਆੜ ਨਾ ਜਾਏ। ਜਿੰਨੇ ਨੂੰ ਮੈਂ ਮੂੰਹ ਇੱਧਰ ਘੁਮਾਇਆ, ਸਾਰੀ ਮੇਰੀ ਸ਼ਰਟ ਵੀ ਫਟ ਗਈ, ਇੱਦਾਂ ਚੇਨ ਪੂਰੀ ਹੱਥੋਂ ਖੋਹ ਲਈ। ਅੱਖਾਂ ਦੇ ਸਾਹਮਣੇ ਦੇਖਦੇ ਦੇਖਦੇ ਹੀ ਅੱਗੇ ਦੌੜ ਗਏ, ਜਾਂ ਪਿੱਛੇ ਦੋ ਲੋਕ ਕਾਫੀ ਦੂਰ ਤੱਕ ਗਏ ਵੀ ਹੈ, ਬਟ ਪਤਾ ਨਹੀਂ। ਮੈਂ ਇਕੱਲੀ ਸੀ, ਮੈਂ ਕੰਮ ਸੀਗਾ, ਸਾਹਮਣੇ ਜਾ ਰਹੀ ਸੀ ਘਰੋਂ ਆਈ। ਤੇ ਉਹ ਵਿਅਕਤੀ ਕਿੰਨੇ ਸੀਗੇ ਜਿਨ੍ਹਾਂ ਨੇ? ਦੋ ਲੋਕ ਸੀ, ਰੈੱਡ ਕਲਰ ਦੀ ਬਾਈਕ ਸੀ ਤੇ ਕੱਤੇ ਸੀਗੇ ਬਾਈਕ ਤੇ ਰੈੱਡ ਕਲਰ ਦੀ। ਤੇ ਕਿਹੜੀ ਜਗ੍ਹਾ ਹੋਇਆ ਮੈਡਮ ਇਹ ਸਾਰਾ ਹਾਦਸਾ? ਬਿਲਕੁਲ ਸਾਹਮਣੇ ਨੀਟਾ ਚਿਕਨ ਕਾਰਨਰ ਦੇ ਸਾਹਮਣੇ। ਹਾਂਜੀ, ਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਚੇਨ ਮੈਂ ਪਾਈ ਹੋਈ ਸੀਗੀ। ਕਿੰਨੇ ਤੋਲੇ ਦੀ ਸੀ ਚੇਨ? 1.5 ਤੋਲੇ ਦੀ ਹੋਏਗੀ। ਤੇ ਪੁਲਿਸ ਕੰਪਲੇਂਟ ਕੀਤੀ ਮੈਡਮ ਤੁਸੀਂ? ਹਾਂਜੀ ਕੀਤੀ। ਪੁਲਿਸ ਆਈ ਸੀ ਮੌਕੇ ਤੇ? ਨਹੀਂ, ਪੁਲਿਸ ਨਹੀਂ ਆਈ, ਕੋਈ ਐਡਵੋਕੇਟ ਸੀਗੇ, ਉਹਨਾਂ ਨੇ ਨੰਬਰ ਮਿਲਾ ਕੇ ਦਿੱਤਾ ਸੀਗਾ ਕਿ ਬਈ ਤੁਸੀਂ ਗੱਲ ਕਰਕੇ ਕੰਪਲੇਂਟ ਲਿਖਵਾ ਦਿਓ। ਮੈਡਮ ਮੈਡਮ ਜਿੱਦਾਂ ਸ਼ਹਿਰ ਦੇ ਵਿੱਚ ਵਾਰਦਾਤਾਂ ਚੋਰੀ ਦੀਆਂ ਜਾਂ ਲੁੱਟ ਖੋਹ ਦੀਆਂ ਬਹੁਤ ਹੋ ਰਹੀਆਂ, ਕੀ ਮੰਗ ਕਰਦੇ ਪ੍ਰਸ਼ਾਸਨ? ਸਿਕਿਉਰਿਟੀ ਤਾਂ ਕੋਈ ਨਹੀਂ ਹੈ ਨਾ, ਮਤਲਬ ਬਿਲਕੁਲ ਤੁਸੀਂ ਤੁਹਾਡੇ ਬਿਲਕੁਲ ਸਿਕਿਉਰ ਤਾਂ ਫੀਲ ਨਹੀਂ ਕਰ ਰਹੇ, ਤੁਸੀਂ ਜਾ ਰਹੇ ਹੋ, ਕੁਛ ਵੀ ਹੋ ਸਕਦਾ ਹੈ ਨਾ। ਇੰਨਾ ਕੁ ਤਾਂ ਆਪਣੇ ਇੱਧਰ ਇੰਨੀ ਕੁ ਤਾਂ ਹੋਣੀ ਚਾਹੀਦੀ ਹੈ। ਮੈਡਮ ਕੋਈ CCTV ਕੈਮਰੇ ਆਏ, ਕੋਈ ਦੇਖਿਆ? ਹਾਂ, CCTV ਇੱਧਰ ਬਿਲਕੁਲ ਮੇਰੇ ਪਿੱਛੇ ਹੈ, ਜਿਹੜੇ ਨੀਟਾ ਚਿਕਨ ਕਾਰਨਰ, ਇਹਨਾਂ ਦਾ CCTV ਸੀਗਾ, ਹੁਣ ਉੱਧਰ ਹੀ ਅਸੀਂ ਬੈਠੇ ਹਾਂ ਕਿ ਫੁਟੇਜ ਨਿਕਲਵਾ ਕੇ ਦੇਖੀਏ ਕੌਣ ਹੈ। ਮਾਮਲਾ ਇੱਦਾਂ ਨਾ, ਵਾਈਫ ਮੇਰੀ ਆ ਰਹੀ ਸੀਗੀ, ਇੱਧਰੋਂ ਜਾ ਰਹੀ ਸੀ ਘੁੰਮ ਕੇ, ਕੈਪੀਟਲ ਬੈਂਕ ਜਾਣਾ ਸੀ ਉਹਨਾਂ ਨੇ, ਅਤੇ ਉਹ ਇੱਥੇ ਨਿਕਲਦੇ ਨਿਕਲਦੇ ਇੱਥੋਂ ਪਤਾ ਨਹੀਂ ਉਹਨਾਂ ਨੂੰ ਪਿੱਛੋਂ ਉਹਨਾਂ ਨੂੰ ਇੱਦਾਂ ਮਹਿਸੂਸ ਹੋਇਆ ਮੇਰੀ ਚੁੰਨੀ ਅੜ ਰਹੀ ਹੈ, ਕਿਸੇ ਨੇ ਆਵਾਜ਼ ਮਾਰੀ ਹੈ, ਬਟ ਅਲਟੀਮੇਟਲੀ ਉਹ ਇੱਥੋਂ ਚੇਨ ਖਿੱਚ ਕੇ ਲੈ ਗਿਆ, ਅਤੇ ਇੱਦਾਂ ਸ਼ਰਟ ਵੀ ਫਟੀ ਉੱਪਰੋਂ। ਕਿੰਨਾ ਮਾਮਲਾ? ਕਿੰਨੇ ਵਿਅਕਤੀ ਸੀਗੇ ਜਿਹਨਾਂ ਨੇ? ਦੋ ਜਣੇ ਸੀਗੇ, ਤੁਹਾਨੂੰ ਦੱਸ ਰਹੇ। ਮੂੰਹ ਵਗੈਰਾ ਬੰਨੇ ਹੋਏ ਸੀਗੇ? ਮੈਨੂੰ ਪਤਾ ਨਹੀਂ, ਮੈਂ ਪੁੱਛਿਆ ਮੂੰਹ ਬੰਨੇ ਸੀ ਉਹਨਾਂ ਨੇ? ਮੂੰਹ ਬੰਨੇ ਸੀ ਉਹਨਾਂ ਨੇ? ਨਹੀਂ ਦੇਖ। ਬਾਈਕ 'ਤੇ ਆਏ ਸੀਗੇ? ਬਾਈਕ 'ਤੇ ਸੀਗੇ, ਰੈੱਡ ਕਲਰ ਦੀ ਬਾਈਕ ਸੀਗੀ। ਅਤੇ ਚੈਨ ਕਿੰਨੇ ਕੁ ਤੋਲੇ ਦੀ ਸੀ ਸਰ? 1.5 ਤੋਲੇ ਦੀ ਹੈਗੀ ਹੈ ਜੀ। ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਉੱਪਰ ਬਣ ਜਾਂਦਾ ਹੈ। ਉੱਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰੇ ਹੀ ਥਾਣਾ ਸਿਟੀ ਦੇ SHO ਜਤਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਪੀੜਤ ਮਹਿਲਾ ਪਾਸੋਂ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਆਲੇ ਦੁਆਲੇ ਲੱਗੇ CCTV ਚੈੱਕ ਕੀਤੇ ਜਾ ਰਹੇ ਨੇ ਅਤੇ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਰ, ਕੀ ਇੱਕ ਮਾਮਲਾ ਕੀ ਹੈ ਜਿਹੜਾ ਚੈਨ? ਹਾਂਜੀ, ਉਹ ਸਨੈਚਿੰਗ ਵਾਲਾ ਮਾਮਲਾ ਆਇਆ ਜੋ ਮੌਕੇ 'ਤੇ ਮੈਂ ਗਿਆ ਸੀ ਉੱਥੇ, ਅਤੇ ਉਹ ਜਾਂਚ ਪੜਤਾਲ ਚੱਲ ਰਹੀ ਹੈ। ਉੱਥੇ ਕੈਮਰਾ ਜ਼ਿਆਦਾਤਰ ਸ਼ੋਪਕੀਪਰਾਂ ਦੇ ਆਪਣੇ ਗੇਟ ਵੱਲ ਨੂੰ ਲਗਾਏ ਪਏ ਨੇ, ਅਤੇ ਹਜੇ ਕੋਈ ਕਲੂ ਨਹੀਂ ਮਿਲ ਰਿਹਾ ਉੱਥੋਂ, ਲੇਕਿਨ ਫਿਰ ਵੀ ਕਲੂ ਲੱਭ ਕੇ ਪਛਾਣ ਕਰਕੇ ਜਲਦੀ ਜਲਦੀ ਗ੍ਰਿਫਤਾਰ ਕਰ ਲਾਂਗੇ ਅਸੀਂ ਇਹਨਾਂ। ਸਰ, ਕੁਛ ਪਤਾ ਚੱਲਾ ਲੇਡੀਜ਼ ਦਾ ਨਾਮ ਵਗੈਰਾ ਜਾਂ ਕੋਈ ਕਿੱਥੇ ਦੇ ਰਹਿਣ ਵਾਲੇ? ਨਹੀਂ, ਹਜੇ ਮੈਨੂੰ ਨਹੀਂ ਮਿਲੇ, ਮੈਂ ਮੌਕੇ 'ਤੇ ਗਿਆ ਸੀ, ਉਹਨਾਂ ਦੇ ਬਿਆਨ ਹੋ ਰਹੇ ਨੇ, ਆਫਟਰ ਦੈਟ ਜਿਹੜੀ ਕਾਰਵਾਈ ਹੋਊਗੀ ਅਮਲ 'ਚ ਲਿਆਉਂਦੀ ਜਾਊਗੀ। ਸਰ, ਉਹ ਕਹਿੰਦੇ ਆ ਕਿ ਅੱਧਾ ਪੌਣਾ ਘੰਟਾ ਹੋ ਗਿਆ ਸਾਨੂੰ ਫੋਨ ਕੀਤੇ ਨੂੰ,
ਤੇ ਪੁਲਿਸ ਦੇਰੀ ਨਾਲ ਆਈ ਹੈ ਕੀ ਕਾਰਨ ਕੀ ਸਰ? ਏ ਐਸ ਸੀ ਕੁਲਵਿੰਦਰ ਗਿਆ ਸੀ, ਉਹ ਮੈਡਮ ਕਿਤੇ ਦੁਕਾਨ 'ਚ ਬੈਠੇ ਹੋਣੇ, ਉਹ ਕਿਤੇ ਹੋਰ ਜਾ ਕੇ ਨੀਟੇ ਦੇ ਉੱਤੇ ਕਰ ਕੁਰ ਕੇ ਆ ਗਿਆ, ਅਤੇ ਫਿਰ ਦੁਬਾਰਾ ਉਹ ਜਦੋਂ ਗਿਆ ਫਿਰ ਦੁਬਾਰਾ ਮੈਨੂੰ ਕਾਲ ਹੋਈ, ਫਿਰ ਅਸੀਂ ਗਏ ਉੱਥੇ। ਸਰ ਕੋਈ ਕੈਮਰੇ ਵਗੈਰਾ ਚੈੱਕ ਕੀਤੇ? ਕਰ ਰਹੇ ਚਾਰ ਪੰਜ ਦੁਕਾਨਾਂ ਦੇ ਕੀਤੇ, ਬਟ ਉਹਨਾਂ ਦਾ ਵਿਊ ਨਹੀਂ ਆ ਰਿਹਾ ਸਾਫ਼।